ਬਲਵਿੰਦਰ ਸੰਧੂ ਜੀ ਹੋਰਾਂ ਨੂੰ ਤੇ ਉਹ ਮੰਚ ਤੇ ਆ ਜਾਣ ਤੇ ਮੰਚ ਦੇ ਲਾਗੇ ਬਲਵਿੰਦਰ ਗਰਗ ਜੀ ਕੋਟਪੂਰਾ ਤੋਂ ਉਹਨਾਂ ਨੂੰ ਬੇਨਤੀ ਆ ਕਿ ਉਹ ਮੰਚ ਦੇ ਲਾਗੇ ਆ ਜਾਣ ਤੇ ਬਲਵਿੰਦਰ ਸੰਧੂ ਜੀ ਦੀਪਕ ਹੋਰਾਂ ਨੇ ਰਾਮ ਦੀ ਕਥਾ ਕਰੀ ਸੀ ਥੋੜੀ ਜਿਹੀ ਘੱਟ ਰਹਿ ਗਈ ਸੀ ਮੈਂ ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ ਜਦ ਚੋਣਾਂ ਬਿਗਲ ਵਜਾਏ ਮੇਰੇ ਰਾਮ ਜੀ ਕਿੱਥੇ ਸੋ ਜਦ ਇੱਟ ਇੱਟ ਸਾਡੀ ਚਿੱਪਰ ਚਿੱਪਰ ਹੋਈ ਕਿੱਥੇ ਸੋ ਜਦ ਖਲਕ ਮੁਲਕ ਦੀ ਹੁਬਕੀ ਹੁਬਕੀ ਰੋਈ ਕਿੱਥੇ ਸੋ ਜਦ ਚਿੱਟੇ ਬਦਲਾਂ ਰੱਤੇ ਹੰਝ ਵਹਾਏ ਮੇਰੇ ਰਾਮ ਜੀ ਕਿੱਥੇ ਸੋ ਜਦ ਲੱਟ ਲੱਟ ਅੱਗਾਂ ਆ ਵੇਲੇ ਵਿੱਚ ਵੜੀਆਂ ਕਿੱਥੇ ਸੋ ਜਦ ਫੁੱਲ ਤੇ ਕਲੀਆਂ ਜੰਮਣੋਂ ਪਹਿਲਾਂ ਸੜੀਆਂ ਕਿੱਥੇ ਸੋ ਜਦ ਵਨ ਤ੍ਰਿਣ ਹਰੀਅਲ ਚੇਤ ਮਹਾਕਮਲਾਏ ਮੇਰੇ ਰਾਮ ਜੀਓ ਤੁਸੀਂ ਕਿਹੜੀ ਰੁੱਤੇ ਆ ਕਿੱਥੇ ਸੋ ਜਦ ਲਗੀਆਂ ਵਾਲਾਂ ਖੇਤਾਂ ਨੂੰ ਖਾ ਗਈਆਂ ਕਿੱਥੇ ਸੋ ਜਦ ਹਿੰਸਕ ਹੇੜਾਂ ਘੁੱਗੀਆਂ ਤੇ ਟੁੱਟ ਪਈਆਂ ਕਿੱਥੇ ਸੋ ਜਦ ਬੁਰਿਆਂ ਸੱਥਰ ਸੱਥਾਂ ਵਿੱਚ ਵਿਛਾਏ ਮੇਰੇ ਰਾਮ ਜੀਓ ਤੁਸੀਂ ਕਿਹੜੀ ਰੁੱਤੇ ਆਏ ਕਿੱਥੇ ਸੋ ਜਦ ਰਾਕਸ਼ ਸੈਨਾ ਰੱਤ ਦੀ ਹੋਲੀ ਖੇਡੀ ਕਿੱਥੇ ਸੋ ਜਦ ਜ਼ੁਲਮ ਭਾਰ ਸੰਗ ਹੋ ਗਈ ਧਰਤੀ ਟੇਢੀ ਕਿੱਥੇ ਸੋ ਜਦ ਸੁਪਨ ਪਰੁੱਚੇ ਗਏ ਨਾ ਗਏ ਨੈਣ ਪਥਰਾਏ ਮੇਰੇ ਰਾਮ ਜੀਓ ਤੁਸੀਂ ਕਿਹੜੀ ਰੁੱਤੇ ਆਏ ਕਿੱਥੇ ਸੋ ਜਦ ਸਿਵਿਆਂ ਦੇ ਵਿੱਚ ਨੱਚੀਆਂ ਨੰਗੀਆਂ ਡੈਣਾ ਕਿੱਥੇ ਸੋ ਜਦ ਗਲੀ ਗਲੀ ਵਿੱਚ ਅੰਬਰ ਚੁੱਕਿਆ ਵੈਣਾ ਕਿੱਥੇ ਸੋ ਤੁਸੀਂ ਲੋੜ ਦੇ ਵੇਲੇ ਕਿੱਥੇ ਸੋ ਤੁਸੀਂ ਲੋੜ ਦੇ ਵੇਲੇ ਉਦੋਂ ਕਿਉਂ ਨਾ ਆਏ ਮੇਰੇ ਰਾਮ ਜੀਓ ਤੁਸੀਂ ਕਿਹੜੀ ਰੁੱਤੇ ਆਏ